ਗੁੱਜਰ ਅੰਦੋਲਨ ਕੀਤਾ ਗਿਆ ਖਤਮ। ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਗੁੱਜਰ ਭਾਈਚਾਰੇ ਵੱਲੋਂ ਰਾਖਵੇਂਕਰਨ ਨੂੰ ਲੈ ਕੇ ਕੀਤਾ ਜਾ ਰਿਹਾ ਅੰਦੋਲਨ ਖਤਮ ਕਰ ਦਿੱਤਾ ਗਿਆ। ਗੁੱਜਰ ਭਾਈਚਾਰੇ ਦੇ ਆਗੂ ਕਰੋੜੀ ਸਿੰਘ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਹੈ। ਆਪਕੇ ਸਾਹਮਣੇ ਡਾਕੂਮੈਂਟ ਪੜ ਦਿਆ ਗਿਆ ਹੈ, ਹਮਕੋ 5% ਆਰਕਸ਼ਣ ਮਿਲ ਗਿਆ ਹੈ ਔਰ ਜਹਾਂ ਕਹੀਂ ਵੀ ਥੋੜੀ ਬਹੁਤ ਲੀਗਲ ਬਾਧਾ ਆਏਗੀ ਉਸਕੇ ਲਿਏ ਮੁੱਖ ਮੰਤਰੀ ਮਹੋਦਯ ਨੇ ਮੁਝੇ ਵਿਅਕਤੀਗਤ ਤੌਰ ਪਰ ਆਸ਼ਵਾਸਨ ਦਿਆ ਹੈ। ਸਾਰੀ ਸ਼ਰਤੇ ਆਪਕੇ ਸਾਹਮਣੇ ਆ ਗਈ ਹੈ। ਇਸਕੇ ਅਲਾਵਾ ਜੋ ਹਮਾਰੇ 40 ਜਵਾਨ ਸ਼ਹੀਦ ਹੋਏ ਹੈ ਉਨਕੇ ਪ੍ਰਤੀ ਬਹੁਤ ਵੇਦਨਾ ਹੈ, ਦੁੱਖ ਹੈ, ਆਕਰੋਸ਼ ਵੀ ਹੈ। ਮੈਂ ਈਸ਼ਵਰ ਸੇ ਪ੍ਰਾਰਥਨਾ ਕਰਤਾ ਹੂੰ ਕਿ ਉਨਕੇ ਪਰਿਵਾਰੋਂ ਕੋ ਹਿੰਮਤ ਮਿਲੇ ਔਰ ਹਮ ਸਭ ਉਨਕੇ ਪ੍ਰਤੀ ਸ਼ਰਧਾਂਜਲੀ ਅਰਪਿਤ ਕਰਤੇ ਹੈ।